असी धौण ते गोडा सरकार ने रखिया है, चाहे कोई भी होवे उन्होंने साडियां हर हालत दे विच मंगा मन्नियां है। वो राष्ट्रपति नूं बुला के जिन्हों उन्होंने एक मंदिर दे विच नहीं दा बन दिता भी तू दिलता, ये और रिकॉर्ड आ चीज़ आने वाले टाइम दे विच भी होगी, हरेक बंदे नूं पता होगा भी तू दलिता तू मंदिर दे विच नहीं बढ़ सकता। वो अजे राष्ट्रपति ते क्या एमरजेंसी पै गई थी भी रातों रात बिल पास कराते यार, हुण क्या रेलां क्या है गया? ये रेल देख ला कित्थे कित्थे नूं जांदी हैगी आ। मोदी साहब ये रेल दे उपर चढ़ के ना तेरी धौण दे उपर गोडा रखने असीं दिल्ली वो वड़ जाणा के फिर जो मर्जी कर ली तू। ਇੱਥੇ ਵੀ ਚਰਚਾ ਸੁਣੀ ਜਾ ਰਹੀ ਹੈ ਜਿਹੜੀ ਰੇਲ ਪਟੜੀ ਰੋਕੀ ਹੋਈ ਹੈ, ਤੁਸੀਂ ਇਸ ਰੇਲ ਪਟੜੀ ਦੇ ਉੱਤੇ ਥਰਮਲ ਪਲਾਂਟ ਆ ਜਿਸ ਨੂੰ ਕੋਲਾ ਸਪਲਾਈ ਹੁੰਦਾ ਅਤੇ ਬਿਜਲੀ ਪੈਦਾ ਹੁੰਦੀ ਆ, ਅਤੇ NFL ਫੈਕਟਰੀ ਵੀ ਆ ਖਾਦ ਆ। ਜੇ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਜਾਮ ਲੱਗੇਗਾ ਤਾਂ ਆਉਣ ਵਾਲੇ ਪੰਜਾਬ ਦੇ ਲੋਕਾਂ ਨੂੰ ਇੱਕ ਤਾਂ ਖਾਦ ਦੀ ਸਮੱਸਿਆ ਆ ਸਕਦੀ ਆ ਅਤੇ ਥਰਮਲ ਪਲਾਂਟ ਜਿਵੇਂ ਬਿਜਲੀ ਦਿੱਕਤ ਆ ਸਕਦੀ ਆ, ਅਤੇ ਪੰਜਾਬ ਦੇ ਲੋਕ ਇਹਦੇ ਨਾਲ ਜੂਝਣਗੇ। ਕੀ ਲੱਗਦਾ ਕਿ ਜਿਹੜਾ ਜਾਮ ਰੇਲਾਂ ਕੀਤੀਆਂ ਗਈਆਂ ਸਹੀ ਆ ਜਾਂ ਅਗਲਾ ਹੋਰ ਰਸਤਾ ਆਉਣਾ ਚਾਹੀਦਾ? ਉਹ ਬਾਬੂ ਜੀ ਸਰਦਾਰ ਜੀ ਤੁਸੀਂ ਕਿਹੜੀ ਗੱਲ ਕਰਦੇ, ਬਿਜਲੀ ਤਾਂ ਪਹਿਲਾਂ ਹੀ ਨਹੀਂ ਪਿੰਡਾਂ ਦੇ ਵਿੱਚ ਜਾਂਦੀ ਹੈਗੀ, ਹੁਣ ਉਹ ਮਿੰਨਤਾਂ ਕਰ ਕਰਕੇ ਤਾਂ ਕਹਿੰਦੇ ਵੀ ਸਾਨੂੰ 4 ਘੰਟੇ ਬਿਜਲੀ ਦੇ ਦਿਓ। ਵੀ ਮੋਦੀ ਦੀ ਮਾਂ ਨਾ ਤਾਂ ਮੋਦੀ ਨੂੰ ਪਹਿਲਾਂ ਹੀ ਕਹਿਤਾ ਵੀ ਤੈਂ ਕਿਹਨਾਂ ਨਾਲ ਪੰਗਾ ਲੈ ਲਿਆ। ਉਹ ਮੈਨੂੰ ਬੜੀ ਵਧੀਆ ਗੱਲ ਲੱਗੀ ਬਾਈ ਜੀ ਦੀ ਵੀ ਤੈਂ ਕਿਹਨਾਂ ਨਾਲ ਪੰਗਾ ਲੈ ਲਿਆ, ਇਹਨਾਂ ਨਾਲ ਤਾਂ ਭਗਤ ਸਿੰਘ ਨੇ ਇੰਨੇ ਸਾਲ ਬਾਅਦ ਜਾ ਕੇ ਅੰਗਰੇਜ਼ ਉੱਥੇ ਮਾਰਤਾ ਤਾਂ ਜਾ ਕੇ, ਉਹ ਤੂੰ ਤਾਂ ਪੰਗਾ ਪੁੱਠਾ ਲੈ ਬੈਠਿਆ ਪੁੱਤ, ਇੱਕ ਤਾਂ ਰੱਖ ਲਾ ਦਾੜੀ, ਇੱਕ ਰੱਖ ਲਾ ਹੁਣ ਬਾਲ, ਇੱਕ ਬੰਨ ਲਾ ਪੱਗ, ਬਾਕੀ ਮੰਗ ਜ਼ਿਮੀਂਦਾਰਾਂ ਦੇ ਮਾਫ਼ੀ। ਹੁਣ ਇਹ ਮਾਫ਼ੀ ਮੰਗਣੇ ਨੂੰ ਫਿਰਦਾ, ਅਸੀਂ ਤਾਂ ਕਿਸੇ ਨੂੰ ਪੱਟ 'ਤੇ ਨਹੀਂ ਲੰਘਣ ਦਿੰਦੇ, ਉਹ ਕਿਆ ਸਮਝਦੇ ਇਹ ਗੱਲ? ਅਸੀਂ ਕਹਿੰਦੇ ਵੀ ਤੂੰ ਆ ਜਿੱਕਣਾ ਆਉਣਾ, ਅਸੀਂ ਤਾਂ ਤੇਰੇ ਹਵਾਈ ਜਹਾਜ਼ ਵੀ ਨਹੀਂ ਉਤਰਨ ਦੇਣੇ ਜੇ ਤੂੰ ਤਾਰੂੰਗਾ ਕਿਤੇ। ਜਿਹੜੇ BJP ਵਾਲੇ ਆ ਉਹ ਤਾਂ ਵਿਚਾਰੇ ਨਾ ਇੱਕ ਪੂਛ ਹਿਲਾਉਣੇ ਵਾਲੇ, ਜਿਹਨੂੰ ਉਹ ਕੁੱਤਾ ਕਹਿੰਦੇ ਜਾਂ ਬੁਰਕੀ ਪਾ ਦਿੰਦੇ ਨਾ ਮਾੜੀ ਜੀ, ਉਹ ਤੈਨੂੰ ਗੱਲ ਸੁਣ ਲਾ, ਉਹ ਤੈਨੂੰ ਅਸੀਂ MLA ਬਣਾ ਦੇਣਾ, ਇਹਨੂੰ ਅਸੀਂ ਮੰਤਰੀ ਬਣਾ ਦੇਣਾ, ਉਹ ਪੂਛ ਮਾਰਦੇ ਫਿਰਦੇ ਆ, ਉਹ ਸਾਡੇ ਕੋਲ ਆ ਕੇ ਗੱਲ ਤਾਂ ਕਰਨ ਯਾਰ। ਆਪਣੀ ਚਾਹ ਵੇਚਣੇ ਤਿਆਰੀ ਕਰ ਲਵੇ, ਮੈਂ ਤਾਂ ਇੰਨੀ ਗੱਲ ਕਹੂੰਗਾ, ਜਿਹੋ ਜਿਹੇ ਨਾ ਸਾਰੇ ਹਿੰਦੁਸਤਾਨ ਦੇ ਹਾਲਾਤ ਕਰ ਲੈਣੇ ਆ, ਉਹ ਬਹੁਤ ਮਾੜੇ ਹਾਲਾਤ ਹੋ ਜਾਣੇ ਆ। ਸਾਡਾ ਬਾਰਡਰ ਏਰੀਆ ਪਹਿਲਾਂ ਹੀ ਲੱਗਦਾ, ਇਹ ਮੋਦੀ ਨੂੰ ਵੀ ਪਤਾ ਹੈ ਵੀ ਆਉਣ ਵਾਲੇ ਟਾਈਮ 'ਚ ਭਵਿੱਖ ਵਿੱਚ ਕੁਛ ਵੀ ਵਾਪਰ ਸਕਦਾ ਹੈ, ਦੁਸ਼ਮਣ ਤਾਂ ਬੈਠਾ ਏ, ਮਤਲਬ ਕਾ ਮਤਲਬ ਆਸਰਾ ਲੈ ਲਵੇ, ਅਸੀਂ ਵੀ ਆਸਰਾ ਦੇ ਦੇਣਾ ਫਿਰ ਪੰਜਾਬ ਵਾਲਿਆਂ ਨੇ ਵੀ ਆ ਜਾਓ ਲੰਘ ਜਾਓ ਲੰਘ ਜਾਓ, ਕੋਈ ਗੱਲ ਨਹੀਂ, ਪੰਜਾਬ ਦੇ ਬਾਰਡਰ ਤੁਹਾਡੇ ਖਾਤਰ ਖੁੱਲ੍ਹੇ ਆ, ਚਲੋ ਸਿੱਧੇ ਦਿੱਲੀ ਨੂੰ। ਪੰਜਾਬ ਭਰ ਦੇ ਵਿੱਚ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨ ਲਗਾਤਾਰ ਰੇਲ ਪਟੜੀਆਂ 'ਤੇ ਜਮੇ ਹੋਏ ਨੇ, ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ। ਅੱਜ ਰਾਤ ਦੀਆਂ ਰੋਪੜ ਰੇਲਵੇ ਟਰੈਕ ਦੇ ਉੱਤੇ ਕਿਸਾਨਾਂ ਵੱਲੋਂ ਜੋ ਧਰਨਾ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਦੇ ਲਈ, ਉਹ ਤੁਹਾਨੂੰ ਦਿਖਾ ਰਹੇ ਹਾਂ ਰਾਤ ਦੇ ਤਸਵੀਰਾਂ ਕਿ ਕਿਸ ਤਰ੍ਹਾਂ ਰਾਤ ਨੂੰ ਬਿਨਾਂ ਪੱਖੇ ਤੋਂ ਬਿਜਲਾਂ ਬਿਜਲੀ ਤੋਂ ਬਿਨਾਂ ਪਿਸੇ ਪਾਣੀ ਤੋਂ ਰੇਲਵੇ ਲਾਈਨ ਦੇ ਟਰੈਕ ਉੱਤੇ ਜਿਹੜੇ ਹੈਗੇ ਆ ਕਿਸਾਨ ਆਪਣੇ ਹੱਕਾਂ ਦੀ ਲੜਾਈ ਦੇ ਲਈ ਡਟੇ ਹੋਏ ਨੇ। ਔਰ ਗੱਲ ਵੀ ਕਰਾਂਗੇ ਕਿਸਾਨਾਂ ਦੇ ਨਾਲ, ਅਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੂਪਨਗਰ ਨੰਗਲ ਚੌਂਕ ਦੀਆਂ ਹੈ, ਜਿੱਥੇ ਲਗਾਤਾਰ ਕਿਸਾਨਾਂ ਵੱਲੋਂ ਆਪਣੇ ਹੱਕਾਂ ਦੀ ਲੜਾਈ ਦੇ ਲਈ ਧਰਨਾ ਸ਼ੁਰੂ ਕੀਤਾ ਗਿਆ ਹੈ। ਆਓ ਗੱਲ ਕਰਦੇ ਹਾਂ ਕਿਸਾਨਾਂ ਦੇ ਨਾਲ ਕਿ ਰਾਤ ਨੂੰ ਵੀ ਇਹ ਲਗਾਤਾਰ ਕਿਸਾਨ ਧਰਨੇ 'ਤੇ ਡਟੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਜੀ? ਮੇਰਾ ਨਾਮ ਕਾਮਰੇਡ ਸੁਖਵੀਰ ਸਿੰਘ ਸੁੱਖਾ ਜੀ। ਕਾਮਰੇਡ ਸਾਹਿਬ ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ ਉਮਰ ਹੋ ਗਈ ਜੀ 55 ਸਾਲ। 55 ਸਾਲਾਂ ਦੇ ਦੌਰਾਨ ਕਿੰਨੀ ਵਾਰੀ ਤੁਹਾਨੂੰ ਕਿਸਾਨੀ ਹੱਕਾਂ ਦੇ ਲਈ ਇੱਦਾਂ ਰੇਲ ਪਟੜੀਆਂ 'ਤੇ ਰੋਲਣਾ ਪਿਆ ਜਿਹੜੇ ਹਾਲਾਤ ਅੱਜ ਹੋਏ ਹੋਏ? ਦੇਖੋ ਜੀ, ਜਿਹੜੇ ਅੱਜ ਹਾਲਾਤ ਚੱਲ ਰਹੇ ਆ ਨਾ, ਇਹ ਤਾਂ ਪਹਿਲਾਂ ਤਾਂ ਜਿੰਨੇ ਅਸੀਂ ਧੌਣ 'ਤੇ ਗੋਡਾ ਸਰਕਾਰ ਨੇ ਰੱਖਿਆ ਏ, ਚਾਹੇ ਕੋਈ ਵੀ ਹੋਵੇ ਉਹਨਾਂ ਨੇ ਸਾਡੀਆਂ ਹਰ ਹਾਲਤ ਦੇ ਵਿੱਚ ਮੰਗਾਂ ਮੰਨੀਆਂ ਏ। ਮੇਰੇ ਤੋਂ ਬਹੁਤ ਸੀਨੀਅਰ ਬੰਦੇ ਇੱਥੇ ਤੁਹਾਨੂੰ ਮਿਲ ਜਾਣਗੇ ਜੀ, ਜਿਹੜੇ ਡਿਟੇਲ ਵੀ ਦੇ ਸਕਦੇ, ਮੈਂ ਇੰਨੀ ਡਿਟੇਲ ਨਹੀਂ ਦੇ ਸਕਦਾ ਹੈਗਾ। ਉਹ ਤੋਂ ਬਾਅਦ ਰਹੀ ਗੱਲ ਇਹ ਪਹਿਲੀ ਵਾਰੀ ਆ ਵੀ ਜਿਹੜਾ ਮੋਦੀ ਸਰਕਾਰ ਨੇ ਉਹ ਯਾਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ, ਅਸੀਂ ਤਾਂ ਕਹਿੰਦੇ ਸਾਡਾ ਫਸਲਾਂ ਵਿਕਣ, ਸਾਨੂੰ ਕੋਈ ਲੋੜ ਨਹੀਂ। ਉਹ ਤੁਸੀਂ ਬਿਨਾਂ ਮਤਲਬ ਤੇ ਰਾਸ਼ਟਰਪਤੀ ਨੂੰ ਬੁਲਾ ਕੇ, ਉਹ ਰਾਸ਼ਟਰਪਤੀ ਨੂੰ ਬੁਲਾ ਕੇ ਜਿਹਨੂੰ ਉਹਨਾਂ ਨੇ ਇੱਕ ਮੰਦਿਰ ਦੇ ਵਿੱਚ ਨਹੀਂ ਦਾ ਬਣ ਦਿੱਤਾ ਵੀ ਤੂੰ ਦਿਲਿੱਤਾ, ਇਹ ਔਰ ਰਿਕਾਰਡ ਆ ਚੀਜ਼ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੋਊਗੀ, ਹਰੇਕ ਬੰਦੇ ਨੂੰ ਪਤਾ ਹੋਊਗਾ ਵੀ ਤੂੰ ਦਿਲਿੱਤਾ ਤੂੰ ਮੰਦਿਰ ਦੇ ਵਿੱਚ ਨਹੀਂ ਵੜ ਸਕਦਾ। ਉਹ ਇਹੋ ਜਿਹੇ ਰਾਸ਼ਟਰਪਤੀ 'ਤੇ ਕਿਆ ਐਮਰਜੈਂਸੀ ਪੈ ਗਈ ਤੀ ਵੀ ਰਾਤੋਂ ਰਾਤ ਬਿੱਲ ਪਾਸ ਕਰਾਤੇ ਯਾਰ? ਸਾਡੀ ਕਿਸੇ ਜਥੇਬੰਦੀ ਨੇ ਕਿਸੇ ਕਿਸਾਨ ਯੂਨੀਅਨ ਨੇ ਸਾਡੀ ਨੇ ਮੰਗੇ ਨਹੀਂ ਹੈਗੀ ਯਾਰ ਇਸ ਚੀਜ਼ ਦੇ ਬਾਰੇ, ਇਹ ਤਾਂ ਬਿਨਾਂ ਮਤਲਬ 'ਤੇ ਹੀ ਰੌਲਾ ਪਾਇਆ ਹੋਇਆ ਇਹਨਾਂ ਨੇ ਲੋਕਾਂ ਨੇ, ਪਰ ਇਹਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਵੀ ਸਾਡੇ ਪੰਜਾਬ ਦੇ ਲੋਕ ਹੁਣ ਕਿਆ ਰੇਲਾਂ ਕਿਆ ਹੈ ਗਿਆ, ਇਹ ਰੇਲ ਦੇਖ ਲਾ ਕਿੱਥੇ ਕਿੱਥੇ ਨੂੰ ਜਾਂਦੀ ਹੈਗੀ ਆ। ਮੋਦੀ ਸਾਹਿਬ ਇਹ ਰੇਲ ਦੇ ਉੱਪਰ ਚੜ੍ਹ ਕੇ ਨਾ ਤੇਰੀ ਧੌਣ ਦੇ ਉੱਪਰ ਗੋਡਾ ਰੱਖਣੇ, ਅਸੀਂ ਦਿੱਲੀ ਉਹ ਵੜ ਜਾਣਾ ਕਿ ਫਿਰ ਜੋ ਮਰਜ਼ੀ ਕਰ ਲਈ ਤੂੰ।
ਵਿੱਚ ਇਹ ਵੀ ਚਰਚਾ ਸੁਣੀ ਜਾ ਰਹੀ ਹੈ ਜਿਹੜੀ ਰੇਲ ਪਟੜੀ ਰੋਕੀ ਹੋਈ ਹੈ, ਤੁਸੀਂ ਇਸ ਰੇਲ ਪਟੜੀ ਦੇ ਉੱਤੇ ਥਰਮਲ ਪਲਾਂਟ ਆ ਜਿਸ ਨੂੰ ਕੋਲਾ ਸਪਲਾਈ ਹੁੰਦਾ ਅਤੇ ਬਿਜਲੀ ਪੈਦਾ ਹੁੰਦੀ ਆ, ਅਤੇ NFL ਫੈਕਟਰੀ ਵੀ ਆ ਖਾਦ ਆ। ਜੇ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਜਾਮ ਲੱਗੇਗਾ ਅਤੇ ਆਉਣ ਵਾਲੇ ਪੰਜਾਬ ਦੇ ਲੋਕਾਂ ਨੂੰ ਇੱਕ ਤਾਂ ਖਾਦ ਦੀ ਸਮੱਸਿਆ ਆ ਸਕਦੀ ਆ ਅਤੇ ਥਰਮਲ ਪਲਾਂਟ ਜਿਵੇਂ ਬਿਜਲੀ ਦਿੱਕਤ ਆ ਸਕਦੀ ਆ, ਅਤੇ ਪੰਜਾਬ ਦੇ ਲੋਕ ਇਹਦੇ ਨਾਲ ਜੂਝਣਗੇ। ਕੀ ਲੱਗਦਾ ਕਿ ਜਿਹੜਾ ਜਾਮ ਰੇਲਾਂ ਕੀਤੀਆਂ ਗਈਆਂ ਸਹੀ ਆ ਜਾਂ ਅਗਲਾ ਹੋਰ ਰਸਤਾ ਆਉਣਾ ਚਾਹੀਦਾ ਕੋਈ? ਉਹ ਬਾਬੂ ਜੀ ਸਰਦਾਰ ਜੀ, ਤੁਸੀਂ ਕਿਹੜੀ ਗੱਲ ਕਰਦੇ? ਬਿਜਲੀ ਤਾਂ ਪਹਿਲਾਂ ਹੀ ਨਹੀਂ ਪਿੰਡਾਂ ਦੇ ਵਿੱਚ ਜਾਂਦੀ ਹੈਗੀ, ਹੁਣ ਉਹ ਮਿੰਨਤਾਂ ਕਰ ਕਰਕੇ ਤਾਂ ਕਹਿੰਦੇ ਵੀ ਸਾਨੂੰ 4 ਘੰਟੇ ਬਿਜਲੀ ਦੇ ਦਿਉ। ਜਿਹੜਾ ਯੂਰੀਆ ਹੈਗਾ ਉਹ ਵੀ ਇਹਨਾਂ ਨੇ ਆਪਣੇ ਬੰਦਿਆਂ ਦੇ ਕੋਲ, ਸਾਰਿਆਂ ਦੇ ਕੋਲ ਸਟੋਕ ਕਰਿਆ ਹੋਇਆ ਹੈ। ਹਰ ਰੋਜ਼ ਸਰਕਾਰਾਂ ਦੇ ਬਿਆਨ ਆਉਂਦੇ ਆ, ਯੂਰੀਆ ਦੀ ਕਲੀ ਨਹੀਂ ਕਮੀ ਨਹੀਂ ਹੈਗੀ ਹਰੇਕ ਪਾਸੇ, ਕਦੇ DAP ਦੀ ਕਮੀ ਹੈਗੀ ਆ? ਇਹ ਤਾਂ ਸਰਕਾਰਾਂ ਨੂੰ ਪੁੱਛਣਾ ਚਾਹੀਦਾ ਜੀ। ਅਸੀਂ ਤਾਂ ਜੋ ਸਾਡੀਆਂ ਪਾਰਟੀਆਂ ਦਾ ਹਦਾਇਤਾਂ ਹੈਗੀਆਂ ਅਸੀਂ ਉਹਨਾਂ ਦੇ ਸਿਰ ਦੇ ਉੱਪਰ ਹਰ ਵਕਤ ਪਹਿਰਾ ਦੇਣ ਦੇ ਖਾਤਰ ਤਿਆਰ ਆ, ਚਾਹੇ ਸਾਨੂੰ ਜੋ ਮਰਜ਼ੀ ਕਰਨਾ ਪੈ ਜਾਵੇ। ਬਾਰ ਬਾਰ BJP ਦੇ ਲੀਡਰ ਇਹੀ ਕਹੀ ਜਾ ਰਹੇ ਆ ਵੀ ਕਾਨੂੰਨ ਬਹੁਤ ਵਧੀਆ, ਵੀ ਦੋਨੇ ਰਸਤੇ ਖੁੱਲ੍ਹੇ ਆ, ਫਿਰ ਪਤਾ ਨਹੀਂ ਕਹਿੰਦੇ ਕਿਸਾਨ ਕਿਉਂ ਧਰਨੇ ਲਾਈ ਜਾਂਦੇ ਆ, ਕਹਿੰਦੇ ਸਿਆਸੀ ਪਾਰਟੀਆਂ ਚੱਕ ਰਹੀਆਂ ਕਿਸਾਨਾਂ ਨੂੰ। ਦੇਖੋ ਜੀ, ਗੱਲ ਇਹ ਆ ਜਿਹੜੇ BJP ਵਾਲੇ ਆ ਉਹ ਤਾਂ ਵਿਚਾਰੇ ਨਾ ਇੱਕ ਪੂਛ ਹਿਲਾਉਣੇ ਵਾਲੇ, ਜਿਹਨੂੰ ਉਹ ਕੁੱਤਾ ਕਹਿੰਦੇ ਜ਼ਰੂਰ ਬੁਰਕੀ ਪਾ ਦਿੰਦੇ ਆ ਨਾ ਮਾੜੀ ਜੀ। ਉਹ ਤੈਨੂੰ ਗੱਲ ਸੁਣ ਲਾ, ਉਹ ਤੈਨੂੰ ਅਸੀਂ MLA ਬਣਾ ਦੇਣਾ, ਤੈਨੂੰ ਅਸੀਂ ਮੰਤਰੀ ਬਣਾ ਦੇਣਾ, ਉਹ ਪੂਛ ਮਾਰਦੇ ਫਿਰਦੇ ਆ, ਉਹ ਸਾਡੇ ਕੋਲ ਆ ਕੇ ਗੱਲ ਤਾਂ ਕਰਨੇ ਯਾਰ। ਅਸੀਂ ਤੁਹਾਡੇ ਮੀਡੀਅਮ ਮਾਧਿਅਮ ਦੇ ਥਰੂ ਅਸੀਂ ਕਹਿ ਰਹੇ ਹਾਂ, ਤੁਸੀਂ ਬੁਲਾਓ ਕਿਸੇ ਵੀ BJP ਵਾਲੇ ਨੂੰ, ਸਾਡੇ ਇੱਥੇ ਕਿਸਾਨ ਜਥੇਬੰਦੀਆਂ ਦੇ ਬੰਦਿਆਂ ਦੇ ਨਾਲ ਬਿਠਾਲ ਕੇ ਸਾਡੀ ਮੀਟਿੰਗ ਕਰਾਓ, ਅਸੀਂ ਕਹਾਂਗੇ ਉਹਨਾਂ ਦੇ ਨਾਲ ਗੱਲ ਕਰਨ ਸਾਡੇ ਨਾਲ ਆ ਕੇ। ਲੇਕਿਨ ਉਹ ਗੱਲ ਸੁਣਨ ਨੂੰ ਤਿਆਰ ਨਹੀਂ। ਜੋ ਰਾਸ਼ਟਰਪਤੀ ਨਾ ਕਰਵਾਉਂਦੇ ਪਾਸ, ਹੋ ਅਸੀਂ ਕਿਹੜਾ ਕਿਹਾ ਰਾਸ਼ਟਰਪਤੀ ਦਾ ਵੀ ਤੁਸੀਂ ਪਾਸ ਕਰਵਾਓ ਯਾਰ? ਉਹਨਾਂ ਨੇ ਪਾਰਲੀਮੈਂਟ 'ਚ ਪਾਸ ਕਰਤਾ, ਉਹਨਾਂ ਦੀ ਬਹੁਮਤ ਹੈਗੀ ਆ, ਉਹਨਾਂ ਨੇ ਕਰਤਾ, ਠੀਕ ਆ, ਅਸੀਂ ਸਹਿਮਤ ਇਸ ਗੱਲ ਦੇ ਨਾਲ। ਲੇਕਿਨ ਉਹਨਾਂ ਨੂੰ ਰਾਸ਼ਟਰਪਤੀ ਨੇ ਕਿਉਂ ਕਰਵਾਇਆ ਇੰਨੀ ਛੇਤੀ ਹੈਗੀ? ਸਾਡੇ ਨਾਲ ਵਿਚਾਰ ਕਰਦੇ, ਕਮੇਟੀ ਆਪਣੀ ਜਿਹੜੀ ਉਹਨਾਂ ਦੀ ਕਮੇਟੀ, ਸੰਸਦੀ ਕਮੇਟੀ ਆ, MPਆਂ ਦੀ ਕਮੇਟੀ ਆ, ਉਹਨਾਂ ਦੇ ਨਾਲ ਉਹ ਕਰਦੇ ਇਹ ਗੱਲ ਦੇ ਬਾਰੇ ਜੀ। ਦਿੱਲੀ ਵੱਲ ਕਦੋਂ ਰੁੱਖ ਹੋਊਗਾ ਕਿਸਾਨਾਂ ਦਾ? ਜੋ ਦੇਖੋ ਜੀ, ਸਾਨੂੰ ਪਾਰਟੀਆਂ ਦਾ ਹੁਕਮ ਆਊਗਾ ਹਾਈ ਕਮਾਂਡ ਦਾ, ਅਸੀਂ ਸਾਰੇ ਮਨ ਨਾਲ, ਤਨ ਨਾਲ, ਧਨ ਨਾਲ ਜਾਵਾਂਗੇ ਜੀ। ਬਿਲਕੁਲ, ਕਿਸਾਨ ਬਿਲਕੁਲ ਡਟੇ ਹੋਏ ਹੱਕਾਂ ਦੀ ਲੜਾਈ ਦੇ ਲਈ। ਕਿਸਾਨਾਂ ਨੂੰ ਬਿਲਕੁਲ ਲੱਗ ਰਿਹਾ ਕਿ ਇਹਨਾਂ ਦੇ ਬੱਚਿਆਂ ਦਾ ਭਵਿੱਖ ਖਤਰੇ ਦੇ ਵਿੱਚ ਪੈ ਚੁੱਕਾ ਹੈ। ਜਿਸ ਜਗ੍ਹਾ 'ਤੇ ਧਰਨਾ ਲਗਾਇਆ ਗਿਆ, ਇਸ ਜਗ੍ਹਾ ਦੇ ਉੱਤੇ ਕੋਈ ਬਿਜਲੀ ਪਾਣੀ ਨਹੀਂ ਹੈ, ਗੰਦਗੀ ਜਿਹੜੀ ਗੰਦਗੀ ਆਲੇ ਦੁਆਲੇ ਫੈਲੀ ਹੋਈ ਆ, ਪਰੰਤੂ ਫਿਰ ਵੀ ਕਿਸਾਨ ਜਿਹੜੇ ਹੈਗੇ ਡਟੇ ਹੋਏ ਆ, ਕਿਉਂਕਿ ਇਹਨਾਂ ਨੂੰ ਲੱਗ ਰਿਹਾ ਕਿ ਖੇਤੀ ਦੇ ਜਿਹੜੀ ਖਤਰੇ ਦੇ ਵਿੱਚ ਆ, ਕਿਸਾਨ ਖਤਰੇ ਦੇ ਵਿੱਚ ਆ। ਇਹ ਉਹੀ ਕਿਸਾਨ ਹੈ ਜਿਨ੍ਹਾਂ ਕਿਸਾਨਾਂ ਦੀਆਂ ਵੋਟਾਂ ਲੈ ਕੇ ਲੀਡਰ ਪਾਰਲੀਮੈਂਟ ਵਿਧਾਨ ਸਭਾ ਦੇ ਵਿੱਚ ਜਾਂਦੇ ਨੇ ਵੱਡੇ ਵੱਡੇ ਵਾਅਦੇ ਕਰਕੇ ਕਿ ਕਿਸਾਨ ਦੇਸ਼ ਦੇ ਰੀੜ੍ਹ ਦੀ ਹੱਡੀ ਆ, ਕਿਸਾਨ ਦੇਸ਼ ਦਾ ਅੰਨਦਾਤਾ ਹੈ। ਅੱਜ ਉਹਨਾਂ ਲੀਡਰਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਕਿ ਅੰਨਦਾਤਾ ਕਿਸ ਤਰ੍ਹਾਂ ਰੇਲ ਦੀਆਂ ਪਟੜੀਆਂ ਉੱਤੇ ਰੁਲ ਰਿਹਾ ਹੈ। ਕੀ ਨਾਮ ਜੀ ਤੁਹਾਡਾ? ਅਮਰਜੀਤ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ ਅੱਜ ਪਟੜੀਆਂ ਦੇ ਉੱਤੇ ਰਾਤਾਂ ਕੱਟਣੀਆਂ ਪੈ ਰਹੀਆਂ ਕਿਸਾਨਾਂ ਨੂੰ? ਮੋਦੀ ਦੀ ਮਕਾਨ ਦੇ ਰਹੇ ਹਾਂ ਜੀ, ਬੈਠੇ ਮਕਾਨ ਬੈਠੇ ਉਹਦੀ ਮੋਦੀ ਦੀ ਮਕਾਨ ਦਿੰਦੇ ਉਰੇ, ਹੋਰ ਕਿਆ ਕਰਨਾ ਸੀ, ਹੋਰ ਕਿਆ ਕਰੀਏ? ਜਿਹੜਾ ਉਹਨਾਂ ਨੇ ਜਿਹੜਾ ਇਹ ਬਾਈ ਕਹਿੰਦਾ ਵੀ ਰਾਸ਼ਟਰਪਤੀ ਨੇ, ਰਾਸ਼ਟਰਪਤੀ ਨੇ ਤਾਂ ਪਹਿਲਾਂ ਕੱਢਿਆ ਇਹ ਬਿੱਲ, ਤਾਂ ਆਇਆ ਇੱਧਰ ਇਹਨਾਂ ਕੋਲ, ਇਹਨਾਂ ਨੇ ਭੇਜਿਆ ਦੁਬਾਰੇ ਫਿਰ ਰਾਸ਼ਟਰਪਤੀ ਕੋਲ, ਉਹਨਾਂ ਨੇ ਪਾਸ ਕਰ ਲਿਆ। ਸਾਡੇ ਤਾਂ ਖਤਰਾ ਹੋਇਆ ਇਹਦੇ ਗੱਲ 'ਤੇ, ਸਾਰਾ ਕੁਝ ਸੜਤ ਗਿਆ, ਗਰੀਬ ਵੀ ਗਿਆ, ਅਮੀਰ ਵੀ ਗਿਆ, ਇਹਦੇ 'ਚ ਖਤਮ, ਉਹਨਾਂ ਨੂੰ ਦੇ ਦਿਉ ਸਭ ਕੁਛ। ਪਰ ਉਹਨਾਂ ਨੂੰ ਪੈਰ ਨਹੀਂ ਰੱਖਣ ਦਿੰਦੇ ਸੀ, ਵੱਟ 'ਤੇ ਨਹੀਂ ਚੜ੍ਹਨ ਦਿੰਦੇ ਕਿਸੇ ਨੂੰ, ਉਹਦਾ ਕਿੱਥੇ ਭੁੱਲੇ ਫਿਰਦੇ ਆ, ਉਹ ਪੈਰ ਨਹੀਂ ਰੱਖ ਸਕਦੇ ਉਰੇ ਸਾਡੇ ਇਹਦੇ 'ਚ, ਜ਼ਮੀਨ 'ਚ ਵੀ ਪੈਰ ਨਹੀਂ ਰੱਖ ਸਕਦੇ, ਉਹ ਬਾਲੂਗੇ ਆ ਕੇ, ਉਹ ਨਹੀਂ ਹੁਣ ਪੈਰ ਨਹੀਂ ਰੱਖਣ ਦਿੰਦੇ ਉਹਨਾਂ ਨੂੰ ਅਸੀਂ ਉਰੇ, ਅਸੀਂ ਤਾਂ ਕਿਸੇ ਨੂੰ ਵੱਟ 'ਤੇ ਨਹੀਂ ਲੰਘਣ ਦਿੰਦੇ, ਉਹ ਕਿਆ ਸਮਝਦੇ ਗੱਲ ਨੂੰ, ਵੀ ਸਦਾਈ ਹਾਂ ਅਸੀਂ, ਪਾਗਲ ਥੋੜੋ ਹਾਂ ਅਸੀਂ। ਵਿੱਚ ਕਿਸਾਨ ਧਰਨਿਆਂ ਵਿੱਚ ਕਹਿ ਰਿਹਾ ਕਿ ਕਈ ਸਾਡੇ ਕਿਸਾਨ ਲਾਲਚੀ ਆ, ਵੱਡੀਆਂ ਕੰਪਨੀਆਂ ਵੱਧ ਪੈਸੇ ਦੇ ਦੇਣਗੀਆਂ ਅਤੇ ਕਿਸਾਨ ਲਾਲਚ ਵਿੱਚ ਆ ਜਾਣਗੇ ਅਤੇ ਦੇ ਦੇਣਗੇ ਆਪਣੀਆਂ ਜ਼ਮੀਨਾਂ। ਨਹੀਂ ਦੇ ਦੂੰਗੇ, ਕਿਸ ਤਰ੍ਹਾਂ ਦੇ ਦੂੰਗੇ ਜ਼ਮੀਨਾਂ? ਵੱਧ ਪੈਸੇ ਦਿੱਤੇ ਉਹਨਾਂ ਨੇ, ਆਫਰ ਕੀਤਾ ਕਿਸਾਨ ਦਾ ਪੁੱਤ ਕਿਆ ਕਰੂਗਾ ਉਰੇ? ਜੇ ਹੁਣ ਕਣਕ ਜਿਹੜੀ 1850 ਆ, ਉਹਨਾਂ ਨੇ 2500 ਰੁਪਏ ਤੁਹਾਨੂੰ ਕਹਿਤਾ ਵੀ 2500 ਦਊਂਗੇ, ਦਿੱਤਾ 2 ਸਾਲ ਦਿੱਤਾ, ਉਹਦੇ ਬਾਅਦ ਫਿਰ 600 ਰੁਪਇਆ ਦੇਣਾ ਉਹਨਾਂ ਨੇ? ਲਾਲਚ 'ਚ ਫਸ ਕੇ ਉਹਨਾਂ ਦੇ ਧੱਕੇ 'ਤੇ ਚੜ੍ਹ ਜਾਓਗੇ ਨਾ? ਹੈ ਉਹ ਨਹੀਂ ਲਾਲਚ ਵਿੱਚ ਫਸਣਾ ਕਾਹਦੇ ਆ, ਤਾਂ ਹੀ ਤਾਂ ਬੈਠੇ ਉਰੇ, ਹੋਰ ਕਾਹਦੇ ਬੈਠੇ ਆ? ਨਹੀਂ, ਸਾਰੇ ਕਿਸਾਨ ਕੀ ਜਾਗਰੂਕ ਆ ਕਿ ਬਾਕੀ ਲਾਲਚ ਜਾਗਰੂਕ ਆ? ਸਾਰਾ ਹੀ ਮੁਲਕ ਜਾਗਰੂਕ ਆ, ਤਾਂ ਹੀ ਤਾਂ ਬੈਠਾ ਸਾਰਾ, ਤਾਂ ਲਾਈਨਾਂ ਰੋਕੀ ਬੈਠਾ ਸਾਰਾ ਹੀ। ਬਿਲਕੁਲ, ਗੱਲ ਕਰਦੇ ਹਾਂ ਇੱਥੇ ਰੁਪਿੰਦਰ ਸਿੰਘ ਰੂਪਾ ਜੀ। ਪ੍ਰਧਾਨ ਜੀ, ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੀਡਰਾਂ ਨੂੰ ਚੁਣਿਆ ਸੀ, ਅੱਜ ਉਹਨਾਂ ਲੀਡਰਾਂ ਦੀ ਬਦੌਲਤ ਸੜਕਾਂ 'ਤੇ ਰੁਲ ਰਹੇ ਹੋ, ਰੇਲ ਪਟੜੀਆਂ 'ਤੇ ਰੁਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਇਹ ਲੀਡਰ ਬੇਰੀਮਾਨ ਹੋ ਗਏ, ਇਹ ਲੀਡਰ ਮੋਦੀ ਇੱਕ ਚਾਹ ਵੇਚਦਾ ਮੁਲਕ ਨੂੰ ਵੇਚਣ ਤੁਰ ਪਿਆ। ਇਹਨੂੰ ਅਮਰੀਕਾ ਕਨੇਡਾ ਵਾਲਿਆਂ ਨੇ ਵੀ ਕਿਹਾ ਵੀ ਉਰੇ 5000 ਕਿੱਲੇ ਦੇ ਏਕੜ ਦੇ ਫਾਰਮ ਦੇ ਬੜੇ ਉਰੇ ਸਾਡੇ ਸਕੀਮ ਨਹੀਂ ਚੱਲੀ, ਤੂੰ 2.5 ਏਕੜ ਵਾਲਿਆਂ ਨੂੰ ਕਿਉਂ ਮਾਰਨ ਲੱਗਿਆ, ਇਹ ਤੇਰੇ ਵਾਸਤੇ ਗਲਤ ਗੱਲ ਹੈ। ਮੈਂ ਉਰੇ ਗੱਲ ਕਰਦਾ, ਪਹਿਲਾਂ ਵੀ ਗੱਲ ਉਰੇ ਬਾਈ ਜੀ ਨਾਲ ਕਰੀ ਤੀ ਵੀ ਮੋਦੀ ਦੀ ਮਾਂ ਨਾਲ, ਤਾਂ ਮੋਦੀ ਨੂੰ ਪਹਿਲਾਂ ਹੀ ਕਹਿ ਤਾ ਵੀ ਤੈਂ ਕਿਹਨਾਂ ਨਾਲ ਪੰਗਾ ਲੈ ਲਿਆ, ਉਹ ਮੈਨੂੰ ਬੜੀ ਵਧੀਆ
ਵੀ ਤੈਂ ਕਿਹਨਾਂ ਨਾਲ ਪੰਗਾ ਲੈ ਲਿਆ, ਇਹਨਾਂ ਨਾਲ ਤਾਂ ਭਗਤ ਸਿੰਘ ਨੇ ਇੰਨੇ ਸਾਲ ਬਾਅਦ ਜਾ ਕੇ ਅੰਗਰੇਜ਼ ਉੱਥੇ ਮਾਰਤਾ ਤਾਂ ਜਾ ਕੇ, ਉਹ ਤੂੰ ਤਾਂ ਪੰਗਾ ਪੁੱਠਾ ਲੈ ਬੈਠੇ ਪੁੱਤ, ਇੱਕ ਤਾਂ ਰੱਖ ਲਾ ਦਾੜੀ, ਇੱਕ ਰੱਖ ਲਾ ਹੁਣ ਬਾਲ, ਇੱਕ ਬੰਨ ਲਾ ਪੱਗ, ਬਾਕੀ ਮੰਗ ਜ਼ਿਮੀਂਦਾਰਾਂ ਤੇ ਮਾਫ਼ੀ। ਹੁਣ ਇਹ ਮਾਫ਼ੀ ਮੰਗਣੇ ਨੂੰ ਫਿਰਦਾ, ਅਸੀਂ ਇਹਨੂੰ ਛੱਡਦੇ ਨਹੀਂ ਹੈਗੇ। ਅਸੀਂ ਕਹਿੰਦੇ ਵੀ ਤੂੰ ਆ ਜਿੱਕਣਾ ਆਉਣਾ, ਅਸੀਂ ਤਾਂ ਤੇਰੇ ਹਵਾਈ ਜਹਾਜ਼ ਵੀ ਨਹੀਂ ਉਤਰਨ ਦੇਣੇ ਜੇ ਤੂੰ ਤਾਰੂੰਗਾ ਕਿਤੇ, ਨਾ ਤੇਰੀਆਂ ਰੇਲ ਗੱਡੀਆਂ ਚੱਲੇ। ਜਿਹੜੀ ਯੂਰੀਆ ਦੀ ਗੱਲ ਆ, ਅਸੀਂ ਯੂਰੀਆ ਕਿਆ ਕਰਨਾ ਹੈ? ਅਸੀਂ ਸਾਲ ਨੂੰ ਵੀ ਮਰਨਾ, ਅਸੀਂ ਪਹਿਲਾਂ ਹੀ ਨਹੀਂ, ਅਸੀਂ ਪਾਉਣਾ ਕਿੱਥੇ ਆ? ਅੱਜ ਤਾਂ ਪਹਿਲਾਂ ਹੀ ਪਾ ਪਾ ਕੇ ਆਪਣੀ ਜ਼ਮੀਨ ਦਾ ਹਿੱਕ ਫੂਕ ਲਈ ਇਹਨਾਂ ਖਾਤਰ, ਇਹ ਦੇਸ਼ ਵਾਸਤੇ ਅਸੀਂ ਇੰਨਾ ਮਤਲਬ ਰੇਹ ਪਾ ਤਾ, ਇੰਨੀਆਂ ਦਵਾਈਆਂ ਪਾ ਤੀਆਂ, ਪੈਦਾ ਕਰਤਾ ਨਾ, ਇਹ ਅੱਜ ਸਾਡੇ ਠੁੱਡਾ ਤਾਂ ਹੀ ਮਾਰਦੇ ਹਾਂ। ਸਾਨੂੰ ਕਿਆ ਲੋੜ ਆ? ਆਹ ਫੈਕਟਰੀ ਸਾਡੇ ਸਵਾਹ ਗੇਰਦੀ ਆ, ਉਰੇ ਸਾਰਾ ਸਮਿੰਟ ਬਾਹਰ ਨੂੰ ਜਾਂਦਾ ਹੈ, ਸਾਡੇ ਉਰੇ ਲੋਕਾਂ ਨੂੰ ਨੌਕਰੀ ਨਹੀਂ ਹੈਗੀ, ਸਾਡੇ ਲੋਕਾਂ ਦੀਆਂ ਗੱਡੀਆਂ ਨਹੀਂ ਭਰ ਹੁੰਦੀਆਂ ਉਰੇ ਤੇ, ਹੈ ਸਾਡਾ ਅਸੀਂ ਕਿਆ ਕਰਾਉਣਾ ਇਹਨਾਂ ਫੈਕਟਰੀਆਂ ਤੇ? ਸਾਨੂੰ ਕੋਈ ਲੋੜ ਨਹੀਂ ਹੈਗੀ, ਅਸੀਂ ਦੂਈ ਖੇਤੀ ਕਰ ਲਾਂਗੇ, ਫਸਲ ਘੱਟ ਨਿਕਲ ਜੂੰਗੀ, ਅਸੀਂ ਰੇਹ ਤੋਂ ਬਗੈਰ ਖੇਤੀ ਕਰ ਲਾਂਗੇ। ਗੱਲ ਤੁਸੀਂ ਕਰੀ ਹੈ ਕੇਂਦਰ ਸਰਕਾਰ ਦੀ, ਕੇਂਦਰ ਸਰਕਾਰ ਤਾਂ ਲਗਾਤਾਰ ਆਪਣੀ ਅੜੀ ਤੇ ਅੜੀ ਹੋਈ ਹੈ ਕਾਨੂੰਨ ਨੂੰ, ਜਿਹੜਾ ਹੈਗਾ ਬਿੱਲ ਜਿਹੜਾ ਪੱਕਾ ਜਿਹੜਾ ਮਾਨਤਾ ਮਿਲ ਗਈ ਆ ਰਾਸ਼ਟਰਪਤੀ ਵੱਲੋਂ। ਅੱਗੇ ਕੀ ਸਟੈਪ ਰਹੂਗਾ? ਹਾਲੇ ਤੱਕ ਤਾਂ ਪੰਜਾਬ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ, ਲੋਕ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰਕੇ ਕੁਝ ਨਹੀਂ ਮਿਲਣਾ ਜਦੋਂ ਤੱਕ ਦਿੱਲੀ ਨਹੀਂ ਘੇਰੀ ਜਾਂਦੀ। ਕਿਵੇਂ ਰਹੂਗਾ ਅਗਲਾ ਸਟੈਪ ਕਿਸਾਨ ਯੂਨੀਅਨ ਦਾ? ਅਸੀਂ ਉਹ ਸੂਬੇ ਦੇ ਮਾਲਕ ਹੈ ਜਿੱਥੇ ਭਗਤ ਸਿੰਘ ਨੇ ਜਨਮ ਲਿੱਤਾ ਤਾ, ਭਗਤ ਸਿੰਘ ਨੇ ਸਰਕਾਰਾਂ ਦੇ ਗੋਡੇ ਟਿਕਾ ਤੇ, ਗੋਡੇ ਦੋ ਪੰਜ ਚਾਰ ਬੰਦੇ ਹੀ ਤੇ ਪਹਿਲਾਂ ਸ਼ੁਰੂ ਹੋਏ, ਸੁਖਦੇਵ ਆਈ, ਰਾਜਗੁਰੂ ਆਈ, ਭਗਤ ਸਿੰਘ ਆਈ। ਅਸੀਂ ਤਾਂ ਬਹੁਤ ਬੜੇ ਉਹਦੇ ਵਿੱਚਾਂ ਭਗਤ ਸਿੰਘਾਂ ਦੀ ਸੋਚ 'ਤੇ ਪਹਿਰਾ ਦੇਣ, ਸਾਰੇ ਪੰਜਾਬ, ਸਾਰਾ ਹਰਿਆਣਾ, ਹੋਰ ਸੂਬੇ ਵੀ ਲੱਗੇ ਹੋਏ ਆ, ਅਸੀਂ ਤਾਂ ਇਹਨਾਂ ਦੇ ਗਲ ਪਰ ਗੋਡਾ ਰੱਖ ਕੇ ਅਸੀਂ ਤਾਂ ਇਹਨਾਂ ਦੇ ਵਾਪਸ ਕਰਾ ਲਾਂਗੇ, ਕੋਈ ਗੱਲੇ ਨਹੀਂ ਹੈਗੀ। ਜਿੰਨਾ ਮਰਜ਼ੀ ਲੰਬਾ ਚੱਲਣਾ ਚੱਲੇ, ਸਾਨੂੰ ਕੋਈ ਡਰ ਨਹੀਂ ਹੈਗਾ। ਮੰਡੀਆਂ ਵਿੱਚ ਇਹ ਕਹਿੰਦੇ ਵੀ ਅਸੀਂ ਵੱਧ ਭਾਅ ਦੇ ਦਾਂਗੇ, ਤੁਸੀਂ ਮੰਡੀਆਂ ਮਾ ਜਾ ਕੇ ਦੇਖੋ, ਢੇਰ ਲੱਗੇ ਪਏ ਆ, ਸਾਡੇ ਆੜ੍ਹਤੀ ਵੀਰ ਵਿਚਾਰੇ ਤੰਗ ਹੋਏ ਪਏ ਆ, ਕਦੇ ਬੋਰੀਆਂ ਨੂੰ ਕਿਸੇ ਪਾਸੇ ਖਿੱਚਦੇ ਆ, ਕਦੇ ਕਿਸੇ ਪਾਸੇ ਖਿੱਚਦੇ ਆ, ਰੋਜ਼ TV ਪਰ ਖਬਰਾਂ ਦੇਖੋ, ਢੇਰਾਂ ਦੇ ਢੇਰ ਲੱਗੇ ਪਏ ਆ ਜੀਰੀ ਦੇ, ਕੋਈ ਖਰੀਦਦਾ ਨਹੀਂ ਹੈਗਾ। ਇਹ ਤਾਂ ਡਰਾਮੇਬਾਜ਼ੀ ਕਰਦਾ ਮੋਦੀ, ਇਹ ਮੋਦੀ ਨੇ ਤਾਂ ਜੇ ਮਤਲਬ ਆਪਣੀ ਚਾਹ ਵੇਚਣੇ ਤਿਆਰੀ ਕਰ ਲਵੇ, ਮੈਂ ਤਾਂ ਇੰਨੀ ਗੱਲ ਕਹੂੰਗਾ, ਜਿਹੋ ਜਿਹੇ ਨਾ ਸਾਰੇ ਹਿੰਦੁਸਤਾਨ ਦੇ ਹਾਲਾਤ ਕਰ ਲੈਣੇ ਆ, ਉਹ ਬਹੁਤ ਮਾੜੇ ਹਾਲਾਤ ਹੋ ਜਾਣੇ ਆ। ਸਾਡਾ ਬਾਰਡਰ ਏਰੀਆ ਪਹਿਲਾਂ ਹੀ ਲੱਗਦਾ, ਇਹ ਮੋਦੀ ਨੂੰ ਵੀ ਪਤਾ ਹੈ ਵੀ ਆਉਣ ਵਾਲੇ ਟਾਈਮ 'ਚ ਭਵਿੱਖ ਵਿੱਚ ਕੁਛ ਵੀ ਵਾਪਰ ਸਕਦਾ ਹੈ। ਦੁਸ਼ਮਣ ਤਾਂ ਬੈਠਾ ਹੈ, ਮਤਲਬ ਕਦ ਮਤਲਬ ਆਸਰਾ ਲੈ ਲਵੇ, ਅਸੀਂ ਵੀ ਆਸਰਾ ਦੇ ਦੇਣਾ ਫਿਰ ਪੰਜਾਬ ਵਾਲਿਆਂ ਨੇ ਵੀ ਆ ਜਾਓ, ਲੰਘ ਜਾਓ, ਲੰਘ ਜਾਓ, ਕੋਈ ਗੱਲ ਨਹੀਂ, ਪੰਜਾਬ ਦੇ ਬਾਰਡਰ ਤੁਹਾਡੇ ਖਾਤਰ ਖੁੱਲ੍ਹੇ ਆ, ਚਲੋ ਸਿੱਧੇ ਦਿੱਲੀ ਨੂੰ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਬਿਲਕੁਲ ਜੀ, ਕੀ ਨਾਮ ਬਜ਼ੁਰਗੋ ਜੀ ਤੁਹਾਡਾ? ਸੁਰਿੰਦਰ ਸਿੰਘ ਜੀ। ਕੀ ਕਹਿਣਾ ਚਾਹੁੰਦੇ ਉਹਨਾਂ ਲੀਡਰਾਂ ਨੂੰ ਜਿਹੜੇ ਕਹਿੰਦੇ ਕਿਸਾਨ ਜਿਹੜਾ ਦੇਸ਼ ਦਾ ਅੰਨਦਾਤਾ, ਕਿਸਾਨ ਰੀੜ੍ਹ ਦੀ ਹੱਡੀ ਆ, ਕਿਸਾਨਾਂ ਦੇ ਬਿਨਾਂ ਦੇਸ਼ ਨਹੀਂ ਚੱਲ ਸਕਦਾ, ਅੱਜ ਉਹਨਾਂ ਲੀਡਰਾਂ ਨੂੰ ਕੀ ਕਹੋਗੇ? ਏਸੀਆਂ ਦੇ ਵਿੱਚ ਪਏ ਆ ਅਤੇ ਕਿਸਾਨ ਰੇਲ ਪਟੜੀਆਂ 'ਤੇ ਰੁਲ ਰਹੇ ਆ। ਕਿਸਾਨ ਤਾਂ ਜੀ ਗੱਲ ਆਏ ਆ ਵੀ ਦੇਖੋ ਆਪਣੀ ਜਿਣਸ ਨੂੰ ਅਤੇ ਰਾਤ ਨੂੰ ਸੱਪਾਂ ਦੇ ਸਰੀਆਂ 'ਤੇ ਪੈਰ ਰੱਖ ਕੇ ਪਾਲਦਾ ਏ, ਜਿਹੜੀ ਇਹ ਸਾਡੇ ਕੋਲ ਤਾਂ ਇਹ ਚੀਜ਼ ਖੋ ਰਹੇ ਹਾਂ, MSP ਸਾਡੇ ਕੋਲ ਖੋ ਰਹੇ ਹਾਂ, ਇਹ ਖੋ ਕੇ ਇਹ ਸਰਕਾਰ ਸਾਡੇ ਬਾਰੇ ਕਿਆ ਸੋਚੂਗੀ? ਠੀਕ ਹੈ ਜੀ, ਇਹਨਾਂ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਹੈ ਬਈ, ਇਹ ਤਾਂ ਬਈ ਅਸੀਂ ਹੁਣ ਇੱਥੇ ਰੁਲ ਰਹੇ ਹਾਂ ਉਰੇ, ਇਹ ਮਾੜੀ ਸਰਕਾਰ ਸਾਡੇ ਵਾਸਤੇ ਕੁਝ ਨਹੀਂ ਕਰ ਸਕਦੀ ਹੈਗੀ ਇਹ। ਬਿਲਕੁਲ ਜੀ, ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇੱਥੇ ਰੇਲ ਪਟੜੀ ਦੇ ਉੱਤੇ, ਕਿਸ ਦੇਸ਼ ਦਾ ਅੰਨਦਾਤਾ ਕਿਸ ਤਰ੍ਹਾਂ ਰੁਲ ਰਿਹਾ ਹੈ, ਦੇਸ਼ ਦਾ ਅੰਨਦਾਤਾ ਜਿਹੜੇ ਲੀਡਰ ਇਹਨਾਂ ਦੀਆਂ ਵੋਟਾਂ ਲੈ ਕੇ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕੁਰਸੀਆਂ ਦਾ ਆਨੰਦ ਮਾਣ ਰਿਹਾ, ਅੱਜ ਉਹੀ ਅੰਨਦਾਤਾ ਰੇਲ ਦੀ ਪਟੜੀ 'ਤੇ ਰੁਲ ਰਿਹਾ ਹੈ। ਰਾਤ ਦਾ ਸਮਾਂ ਹੈ, ਕੋਈ ਲਾਈਟ ਨਹੀਂ, ਬਿਜਲੀ ਨਹੀਂ, ਪਾਣੀ ਨਹੀਂ, ਇੱਥੇ ਬਿਲਕੁਲ ਮੱਛਰਾਂ ਦੇ ਵਿੱਚ ਦੇਸ਼ ਦਾ ਅੰਨਦਾਤਾ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਹੱਕਾਂ ਦੀ ਲੜਾਈ ਦੇ ਲਈ ਕਿਸ ਤਰ੍ਹਾਂ ਇੱਥੇ ਰੁਲ ਰਿਹਾ ਹੈ ਰੇਲ ਦੀ ਪਟੜੀ 'ਤੇ। ਸਰ ਕੀ ਨਾਮ ਜੀ ਤੁਹਾਡਾ? ਤਰਲੋਚਨ ਸਿੰਘ ਨਾਮ ਆ ਜੀ, ਤਰਲੋਚਨ ਸਿੰਘ ਨਾਮ ਆ ਜੀ। ਕੀ ਕਹਿਣਾ ਚਾਹੁੰਦੇ? BJP ਦੇ ਲੀਡਰ ਲਗਾਤਾਰ ਕਹਿ ਰਹੇ ਕਿ ਬਿੱਲ ਬਹੁਤ ਵਧੀਆ ਹੈ, ਕਿਸਾਨ ਗੁੰਮਰਾਹ ਹੋ ਰਹੇ ਆ, ਉਹ ਕਹਿੰਦੇ ਵੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਰੈਲੀਆਂ ਕਰਕੇ ਇਹਨਾਂ ਨੂੰ ਜਾਗਰੂਕ ਕਰਾਂਗੇ, ਅਤੇ ਕਈ BJP ਦੇ ਲੀਡਰ ਕਹਿ ਰਹੇ ਆ ਕਿ ਅਕਾਲੀ ਦਲ ਨੇ ਬਹੁਤ ਮਾੜਾ ਕਰਿਆ, ਜਿਹੜਾ ਗੱਠਜੋੜ ਤੋੜਿਆ 117 ਸੀਟਾਂ 'ਤੇ, ਉਹ ਕਹਿੰਦੇ ਇਸ ਵਾਰੀ ਜਿੱਤਾਂਗੇ ਪੰਜਾਬ ਦੇ ਵਿੱਚ। ਮੈਂ ਪਹਿਲੀ ਗੱਲ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਭਾਜਪਾ ਦੇ MLA ਜਾਂ MP ਆ ਪਿੰਡਾਂ ਦੇ ਵਿੱਚ ਵੜ ਕੇ ਦੇਖਣ, ਜੇ ਜੁੱਤੀਆਂ ਦੇ ਹਾਰ ਨਾ ਪਾਏ ਇਹਨਾਂ ਦੇ, ਇਹਨਾਂ ਨੂੰ
ਨੱਠਣ ਰਾਹ ਲੱਭਣ ਦਾਂਗੇ ਅਸੀਂ ਕੁੱਟ ਕੁੱਟ ਕੇ ਨਠਾਵਾਂਗੇ ਪਿੰਡਾਂ ਵਿੱਚੋਂ। ਜਿਹੜੀ ਗੱਲ ਰਹੀ ਤੁਸੀਂ ਕਹਿੰਦੇ ਵੀ ਅਕਾਲੀਆਂ ਨਾਲ, ਇਹ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ ਹੈ। ਹੁਣ 9 ਮਾਸ ਕਿੱਥੇ ਗਏ ਬਈ? ਜਦ ਤੱਕ ਤੁਸੀਂ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ, ਹੁਣ ਤੁਸੀਂ ਉਹੀ ਬਾਦਲ ਪਰਿਵਾਰ ਆ, ਉਹੀ ਕੈਪਟਨ ਸਰਕਾਰ ਆ। ਜਦ ਸਾਰਿਆਂ ਨੇ ਸਹਿਮਤੀ ਕਰਤੀ, ਕੈਪਟਨ ਨੇ ਦੇਖਿਆ ਵੀ ਹੁਣ ਸਰਕਾਰ ਨਿਕਲ ਲੱਗੀ ਸਾਡੇ ਹੱਥਾਂ ਦੇ, ਆਪਣੇ ਕਾਂਗਰਸ ਭਾਈ ਸੋਰੀ ਆਪਣੇ ਕਿਸਾਨ ਭਾਈ ਸਾਡੇ ਨਾਲ ਤਾਂ ਨਿਕਲ ਲੱਗੇ ਆ, ਇਹਨਾਂ ਨੇ ਕਿਆ ਕਰਿਆ? ਫਿਰ ਕਹਿੰਦੇ ਅਸੀਂ ਮੁੱਕਰ ਗਏ। ਇਹ ਦੋਹੇ ਪਾਰਟੀਆਂ ਝੂਠੀ ਨਹੀਂ ਪਾਰਟੀਆਂ, ਚਾਹ ਅਕਾਲੀ ਆ ਚਾਹ ਕਾਂਗਰਸ ਆ, ਭਾਜਪਾ ਭਾਜਪਾ ਤਾਂ ਅਸੀਂ ਪਿੰਡ ਵਿੱਚ ਵੜਨ ਨਹੀਂ ਦਿੰਦੇ, ਚਾਹੇ ਕੁਛ ਹੋਵੇ, ਨਾ ਅਕਾਲੀ ਨੂੰ ਵੜ ਦਈਏ ਨਾ ਕਾਂਗਰਸ ਨੂੰ ਵੜ ਦਈਏ, ਚਾਹੇ ਕੁਛ ਹੋ ਜਾਵੇ, ਇਹਨਾਂ ਨੂੰ ਕੁੱਟ ਕੁੱਟ ਨਠਾਵਾਂਗੇ, ਜੁੱਤੀਆਂ ਹਰ ਪਾ ਕੇ ਨਠਾਵਾਂਗੇ, ਇਹ ਦੇਖ ਲਓ ਤੁਸੀਂ। ਬਿਲਕੁਲ ਜੀ, ਇੱਥੇ ਇੱਕ ਕਿਸਾਨ ਹੈਗੇ ਆ ਗੁਰਮੇਲ ਸਿੰਘ ਬਾੜਾ ਜੀ, ਗੱਲ ਕਰਦੇ ਇਹਨਾਂ ਦੇ ਨਾਲ ਵੀ, ਇੱਥੇ ਸ਼ਾਮਲ ਹੋਏ, ਸਵੇਰੇ ਵੀ ਇੱਥੇ ਸੀਗੇ ਅਤੇ ਰਾਤ ਨੂੰ ਵੀ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਏ। ਬਾੜਾ ਜੀ ਇੱਧਰ ਸਾਹਮਣੇ ਹੋ ਇੱਕ ਮਿੰਟ ਜਰਾ ਲਾਈਟ ਵੱਲ ਨੂੰ ਥੋੜ੍ਹਾ ਜਿਹਾ। ਬਾੜਾ ਜੀ ਅੱਜ ਲਗਾਤਾਰ ਤੁਸੀਂ ਧਰਨੇ ਦੇ ਵਿੱਚ ਸ਼ਾਮਲ ਹੋਏ ਹੋ, ਸਿਆਸੀ ਪਾਰਟੀਆਂ ਲਗਾਤਾਰ ਕਹਿ ਰਹੀਆਂ ਕਿਸਾਨਾਂ ਦੇ ਨਾਲ ਖੜੀਆਂ। ਰਾਹੁਲ ਗਾਂਧੀ ਆ ਰਿਹਾ ਪੰਜਾਬ 'ਚ 3 ਦਿਨ ਦਾ ਦੌਰਾ ਕਰਨ, ਕਹਿੰਦਾ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਆ। ਕੀ ਲੱਗਦਾ ਕਿ ਪੰਜਾਬ ਦੇ ਵਿੱਚ ਆ ਕੇ ਰਾਹੁਲ ਗਾਂਧੀ ਕਿਹੜਾ ਬੜਾ ਚਮਤਕਾਰ ਕਰੂਗਾ ਕਿ ਬਿੱਲ ਜਿਹੜਾ ਹੈ ਵਾਪਸ ਹੋ ਜੂਗਾ? ਜੇ ਸਿਆਸੀ ਪਾਰਟੀਆਂ ਠੀਕ ਹੁੰਦੀਆਂ, ਇਮਾਨਦਾਰ ਹੁੰਦੀਆਂ, ਤਾਂ ਇਹ ਸਾਰੀ ਉਹ ਜਿਹੜੀ ਗੱਲ ਵਾਪਰ ਰਹੀ ਹੈ ਇਹ ਵਾਤਾਵਰਨ ਹੋਣਾ ਹੀ ਨਹੀਂ ਸੀਗਾ। ਇਹ ਸਿਰਫ ਅਤੇ ਸਿਰਫ ਇਹ ਤਾਂ ਆਪਣੀ ਗੱਦੀ ਵੋਟਾਂ ਵੱਲ ਤੱਕ ਹੈਗਾ, ਬਾਕੀ ਨਾ ਕਿਸਾਨਾਂ ਵੱਲ ਨਾ ਦੇਸ਼ ਦੀ ਜਨਤਾ ਵੱਲ ਤਾਂ ਇਹਨਾਂ ਦਾ ਧਿਆਨ ਹੀ ਨਹੀਂ ਹੈ। ਜੇ ਧਿਆਨ ਹੈ ਤਾਂ ਉਹ ਬੜੇ ਘਰਾਣਿਆਂ ਦੇ ਖਾਤਰ ਹੈਗਾ, ਜਿਹੜੇ ਹੈਗੇ ਪੰਜ ਚਾਰ ਅਬਾਨੀ ਅਡਾਨੀ ਮਾਲੀਆ, ਉਹ ਇੱਕ ਦੂਆ ਮੋਦੀ ਬਾਹਰ ਭੱਜਿਆ ਹੋਇਆ, ਉਹਨਾਂ ਬੱਲੇ ਇਹਨਾਂ ਦੀ ਸੋਚ ਹੈ ਉਹ ਤੁਹਾਡੇ ਸਾਹਮਣੇ ਹੈ। ਰੇਲਵੇ ਇਹ ਵੇਚ ਰਹੇ ਆ, ਏਅਰਪੋਰਟ ਇਹ ਵੇਚ ਰਹੇ ਆ, ਬਿਜਲੀ ਦਾ ਬਿੱਲ ਇਹਨਾਂ ਨੇ ਪਾਸ ਕਰ ਲਿਆ, ਬਿਜਲੀ ਇਹਨਾਂ ਨੇ ਵੇਚ ਦੇਣੀ ਪ੍ਰਾਈਵੇਟ ਹੱਥਾਂ ਵਿੱਚ। ਕਿਸਾਨ ਲੋਕਾਂ ਕੋਲ ਪਹਿਲਾਂ ਹੀ ਰੁਜ਼ਗਾਰ ਨਹੀਂ ਹੈ, ਮੁੰਡੇ ਬਾਹਰ ਜਾ ਰਹੇ ਹੈ ਪੜ੍ਹ ਪੜ੍ਹ ਕੇ, ਹੋਰ ਦੇਸ਼ 'ਚ ਰਹਿ ਕੇ ਕਿਹੜਾ ਜਾਊਗਾ? ਜਿਹੜਾ ਹੈਲਥ ਮਹਿਕਮਾ ਉਹ ਇਹ ਪ੍ਰਾਈਵੇਟ ਬਣਾ ਰਹੇ ਆ। ਗੱਲ ਤਾਂ ਇਹ ਆਉਂਦੀ ਹੈ ਵੀ ਜਿਹੜੀਆਂ ਇਹ ਰਾਜ ਗੱਲ, ਮੇਰਾ ਸਵਾਲ ਇਹ ਸੀਗਾ ਵੀ ਰਾਹੁਲ ਗਾਂਧੀ ਆ ਰਿਹਾ 3 ਦਿਨਾਂ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਬਿੱਲ ਦੇ ਖਿਲਾਫ, ਕੀ ਲੱਗਦਾ ਕਿ ਪੰਜਾਬ ਦੇ ਵਿੱਚ ਆ ਕੇ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਆਵਾਜ਼ ਚੁੱਕਣ ਜਾ ਰਹੇ ਆ ਰਾਹੁਲ ਗਾਂਧੀ ਜੀ, ਉਹ ਜਾਇਜ਼ ਆ ਜਾਂ ਦਿੱਲੀ ਦੇ ਵਿੱਚ ਚੁੱਕਣੀ ਚਾਹੀਦੀ ਹੈ? ਮੈਂ ਉਸੇ ਗੱਲ ਦਾ ਤੁਹਾਨੂੰ ਜਵਾਬ ਦਿੱਤਾ ਵੀ ਸਿਰਫ ਵੋਟਾਂ ਖਾਤਰ ਹੈ। ਰਾਹੁਲ ਗਾਂਧੀ ਨੇ ਇੱਥੇ ਪੰਜਾਬ ਜਾ ਕੇ ਕੀ ਕਰਨਾ ਤਾ? ਜੇ ਪਾਰਟੀਆਂ ਪਹਿਲਾਂ ਹੀ ਸੰਸੀਅਰ ਹੁੰਦੀਆਂ, ਜਦੋਂ ਇਹ ਆਰਡੀਨੈਂਸ ਤੁਰੇ ਹੈ ਉਦੋਂ ਹੀ ਦਿੱਲੀ 'ਚ ਵਿਰੋਧ ਕਰਦੇ ਔਰ ਪੰਜਾਬ ਨੂੰ ਸੱਦਾ ਦਿੰਦੇ ਵੀ ਭਾਈ ਤੁਹਾਤੇ ਵਿਰੁੱਧ ਇਹ ਆਰਡੀਨੈਂਸ ਪਾਸ ਹੋ ਰਹੇ ਹੈ, ਤੁਸੀਂ ਦਿੱਲੀ 'ਚ ਆਓ, ਇਹਨਾਂ ਦਾ ਵਿਰੋਧ ਕਰੀਏ, ਇਹਨਾਂ ਨੂੰ ਰੋਕੀਏ। ਜਦ ਤਾਂ ਸਾਰੀ ਚੁੱਪ ਕਰੇ ਰਹੇ, ਇਹਨਾਂ ਦਾ ਮੁੱਖ ਮੰਤਰੀ ਦੀ ਗੱਲ ਹੈ, ਮੁੱਖ ਮੰਤਰੀ ਉਹਨਾਂ ਦੀ ਕਮੇਟੀ 'ਚ ਗਿਆ, ਔਰ ਅਕਾਲੀਆਂ ਦੀ ਗੱਲ ਲਾ ਲਓ, ਉਹਨਾਂ ਦੇ ਭਾਈਵਾਲ ਸੀਗੇ। ਔਰ ਜਿਵੇਂ ਹੁਣੇ ਗੱਲ ਹੋਈ ਹੈ ਵੀ ਇਹਨਾਂ ਦਾ ਜਿਹੜਾ ਆਪਸੀ ਗੱਠਜੋੜ ਸੀ ਉਹ ਟੁੱਟਿਆ ਹੈ, ਗੱਲ ਤਾਂ 9 ਮਾਸ ਤਾਂ ਇੱਕ ਪਾਸੇ ਰਿਹਾ, ਬਾਦਲ ਦਾ ਬਿਆਨ ਤਾਂ ਇਹ ਤਾਂ ਵੀ ਸਾਡਾ ਜਨਾਨੀ ਯਾਰ ਬੰਦੇ ਦਾ ਸਾਡਾ ਰਿਸ਼ਤਾ ਹੈਗਾ। ਹੁਣ ਇਹ ਨਹੀਂ ਸਾਨੂੰ ਪਤਾ ਵੀ ਜਨਾਨੀ ਬਾਦਲ ਤਾਂ ਕਿ ਜਨਾਨੀ BJP ਦੀ, ਪਰ ਇੰਨੀ ਛੇਤੀ ਤਾਂ ਮੇਰਾ ਖਿਆਲ ਆ ਸਾਰਾ ਜਿਹੜਾ ਇਹਨਾਂ ਦਾ ਰਿਸ਼ਤਾ ਤਾ ਉਹ ਸਾਰਾ ਰਾਜਨੀਤਿਕ ਔਰ ਸਾਰਾ ਲਾਲਚ ਦੇ ਵੱਸ ਸੀਗਾ, ਲੋਕਾਂ ਦੇ ਲਈ ਤਾਂ ਨਹੀਂ ਸੀਗਾ। ਜੇ ਲੋਕਾਂ ਦੇ ਲੋਕਾਂ ਖਾਤਰ ਹੁੰਦਾ ਤਾਂ ਇਹ ਗੱਲ ਜਦੋਂ ਕੈਬਨਿਟ ਸ਼ੁਰੂ ਹੋਈ ਹੈ, ਆਰਡੀਨੈਂਸਾਂ ਦੀ ਸਾਰੀ ਬਣਤਰ ਬਣੀ ਹੈ, ਉਦੋਂ ਹੀ ਆ ਕੇ ਪੰਜਾਬ 'ਚ ਰੌਲਾ ਪਾਉਂਦੇ, ਉਦੋਂ ਹੀ ਵਜ਼ੀਰੀ ਛੱਡ ਕੇ ਆ ਜਾਂਦੇ ਵੀ ਭਾਈ ਆ ਗੱਲ ਗਲਤ ਹੋ ਰਹੀ ਹੈ, ਅਸੀਂ ਨਹੀਂ ਤੁਹਾਡੇ ਨਾਲ ਰੱਖਣਾ ਹੈਗਾ। ਇਹ ਤਾਂ ਹੁਣ ਜਦੋਂ ਕਿਸਾਨਾਂ ਦੇ ਅੱਖ ਲਾਲ ਹੋਈ, ਕਿਸਾਨਾਂ ਨੇ ਆ ਕੇ ਸੜਕਾਂ ਪਰ ਉਤਰੇ, ਪਰਿਵਾਰ ਉਤਰੇ, ਔਰ ਇਹਨਾਂ ਨੇ ਕਿਸਾਨਾਂ ਨੇ ਉਹਨਾਂ ਨੂੰ ਇੱਕ ਵਾਰਨਿੰਗ ਦੇ ਦਿੱਤੀ ਵੀ ਜਿਹੜਾ ਸਾਡਾ ਵਿਰੋਧ ਕਰਦਾ ਅਸੀਂ ਉਹਨਾਂ ਨੂੰ ਪਿੰਡਾਂ 'ਚ ਨਹੀਂ ਬਣ ਦੇਵਾਂਗੇ, ਵੀ ਉਹਨਾਂ ਨੂੰ ਪਿੰਡਾਂ 'ਚ ਨਹੀਂ ਬਣ ਦੇਵਾਂਗੇ, ਤਾਂ ਉਹ ਇਸ ਗੱਲ ਤੋਂ ਭੱਜੇ ਹੈ, ਤਾਂ ਉਹ ਭੱਜੇ ਹੈ, ਤਾਂ ਆ ਕੇ ਉਹ ਇਹਨਾਂ ਨੇ ਅਸਤੀਫੇ ਦਿੱਤੇ ਹੈ, ਤਾਂ ਆ ਕੇ ਉਹਨਾਂ ਨੇ ਹੁਣ ਘੁਸਪੈਠ ਕਰ ਰਹੇ ਹੈ। ਜਿਹੜਾ ਕਿਸਾਨਾਂ ਦੇ ਇਕੱਠ ਹੋ ਰਹੇ ਹੈ ਉਹਨਾਂ ਵਿੱਚ ਵੀ ਬਹਾਨੇ ਬਣਾ ਬਣਾ ਮੁਕਾਬਲੇ ਦੇ ਆਪਣੇ ਪ੍ਰੋਗਰਾਮ ਦੇ ਕੇ ਉਹ ਉਹਨਾਂ ਨੂੰ ਤਾਰ ਪਿੰਡੋ ਕਰਨ ਲੱਗੇ ਹੋਏ, ਹੁਣ ਵੀ ਕਿਸਾਨਾਂ ਦੀ ਮਦਦ ਨਹੀਂ ਕਰਦੇ ਇਹ। ਜੇ ਰਾਹੁਲ ਨੇ ਆਉਣਾ ਤਾਂ ਉਹਨੇ ਵੀ ਆਪਣੀ ਕਾਂਗਰਸ ਪਾਰਟੀ ਦੀ ਚੜ੍ਹਾਈ ਵਾਸਤੇ ਆਉਣਾ। ਨਹੀਂ ਅੱਜ ਮਰਿੰਡੇ 'ਚ ਵੀ ਜਿਹੜਾ ਹੈਗਾ ਕਾਂਗਰਸ ਵੱਲੋਂ ਧਰਨਾ ਦਿੱਤਾ ਗਿਆ, ਉਹ ਵੀ ਤੁਹਾਡੇ ਸਾਹਮਣੇ ਹੈ। ਉੱਧਰ ਕਿਸਾਨਾਂ ਦਾ ਚੱਲਦਾ, ਉੱਧਰ ਉਹ ਦਾਰੂ ਪਲਾ ਪਲਾ ਕੇ ਹੋਰ ਲੋਕਾਂ ਨੂੰ ਇਕੱਠੇ ਕਰਕੇ ਇਹ ਸ਼ੋਅ ਕਰ ਰਹੇ ਹੈ ਵੀ ਕਿਸਾਨ ਤਾਂ ਸਾਡੇ ਨਾਲ ਹੈਗੇ ਹੈ।
यही तो मार पैंदी है, यही तो इन्हां दी बेईमानी है। सिर्फ तो सिर्फ लोगों की तो एक इमानदारी ये है, शराफत रख लो, इमानदारी रख लो भी लोगों ने बार बार चुन के इन्हां दे हार पाए, इन्हां नूं कुर्सियां पर बिठा लिया, जिहड़ा कि इन्हां दा फर्ज बनता सी लोगों की सेवा करना, लोगों नूं वधिया जिंदगी देनी, हक देने, उन्हां नूं सेवावां देनियां, उन्हां ते तां इह उल्ट चल पे। की लगता अज सारियां नूं कट्ठे होण दी लोड है, चाहे किसान यूनियनां हैगियां, चाहे आम लोग आ जिहड़े अन्न खांदे आ, क्योंकि किसान अगर अन्न पैदा करदा तां लोकां नूं अन्न मिलदा, अगर किसान ही नहीं रहूगा तां लोकां नूं अन्न नहीं मिलना। इस करके की लगता कि सारे लोगों आम पब्लिक नूं भी किसानां दे साथ होना चाहिए, जिहड़ियां यूनियनां अलग अलग बणियां उन्हां नूं कट्ठे एक झंडे थले कट्ठे होना चाहिए। बिल्कुल बिल्कुल, ये तो जे आ गल पास हो गई है, लागू हो गई है, ये तो खपतकार होर मरूगा, क्योंकि उन्होंने अनाज का भी भंडार कर लेना, जखीरेबाजी कर लेनी जिहड़ी कि हुण चलदी है, जिहड़ियां चीज़ां उन्होंने हाथ च आए, हुण डीजल पेट्रोल दो महीने वाधा गया, रोकया किसी ने? इस तरह इन्हों का हुण हक है जिहड़ा अनाज पर हैगी है। जदों उन्होंने जिमीदार तो खेती खोली, अपने काबू कर ली, उन्होंने बड़े बड़े गोदाम बना ले, तो उन्होंने वो जिहड़ा ये सारे अनाज हैगा भावें चौल हैगा उन्हूं जमा कर लेना, फिर वो आटे दियां थैलियां बना के खपतकारां नूं अपनी मर्जी नाल देणगे, भावें 100 रुपये किलो देण, 50 रुपये किलो देण, इहदे लई तां आम जनता लई खतरे की घंटी है। मेरा तो ख्याल देश नूं आजादी की भी खतरे की घंटी हैगी है, इसलिए सारयां नूं इकट्ठे होण की लोड़ है। जिहड़ी ये लड़ाई है ये बड़े घराणियां दी, कारपोरेट घराणियां दी और आम जनता की लड़ाई बन गई है, इन्हां नूं आम जनता सड़कां पर निकल के हर एक वर्ग नूं इहदा मुकाबला करना चाहिए। बिल्कुल जी, किसानां दा जिहड़ा हैगा खदशा है, किसानां नूं शक है कि अगर प्राइवेट घराणियां दे हत्थां दे विच किसान या किसानी चली जाती है तो आने वाले दिनों दे विच देश दे लोकां नूं इसका शिकार होना पवेगा। ना सिर्फ किसान इसका शिकार होंगे, बाकी आम जनता भी महंगाई की मार झलनी पवेगी। तुसीं देख सकते हो बिल्कुल उस करके अज किसान रेल की पटड़ी ते लगातार अपने हकों की लड़ाई लड़ रहे हैं। उन्हां लीडरां नूं शर्म आनी चाहिए आ, जिहड़े लीडर इन्हां किसानां दीआं वोटां लैके लोक सभा दे विच अज वड्डियां वड्डियां कुर्सियां दा आनंद माण रहे ने, एसीआं दे विच सरकारी खर्चियां ते सरकारी गड्डियां दे उत्ते ऐशप्रस्ती करदे ने। इह ओह किसान है जिहड़ा देश दा ढिड भरदा है, इन्हां किसानां दे पैसे जिहड़े टैक्स आ आम लोकां दा टैक्स आ, ओह लीडर तनखाहां लैंदे ने, पर अज ओह लोक ओह लीडर इन्हां किसानां नूं भुल चुके, आम लोकां नूं भुल चुके हैं, क्योंकि इन्हां लीडरां नूं सिर्फ अपनियां कुर्सियां प्यारियां है या वोटां दे नज़दीक, फिर न सारे जिहड़े हैगे आ किसान होण या आम वोटर होण ओह याद आ जांदे वोटां दे नेड़े, परंतु जदों हक्कां दी गल होवे तां लीडर बिल्कुल अपने घरां दे विच लुक जांदे ने ते मुड़ के शकलां नहीं दिखाउंदे। सो अगर यही हालात रहे तां आउण वाले दिनां दे विच किसानां दा संघर्ष होर भी तिखा होवेगा, जिस दा खामियाजा उन्हां लीडरां नूं भुगतना पवेगा जिहड़े लीडरां दी सरकार वल्लों इह किसान विरोधी फैसले लागू किए गए ने। हुण देखना होवेगा कि सरकार किसानां दे इस रोह अगे झुकदी है या किसानां नूं आर पार की लड़ाई लड़ के अपने हक लेने पैणगे। रूपनगर तो कैमरामैन रवि दे नाल सज्जन सिंह सैणी, पंजाबी लुक चैनल।